ਜਿਹੜੇ ਵੀ ਵਿਦਵਾਨ ਆਪਣੇ ਆਪ ਨੂੰ ਕਹਾਉਂਦੇ ਆ ਉਹ ਝੂਠ ਬੋਲਦੇ ਆ ਉਹ ਗੱਲਾਂ ਦੇ ਗਲਤ ਅਰਥ ਕਰਦੇ ਆ ਅਸੀਂ ਆਪਣਾ ਪੱਖ ਦੱਸ ਦੇਵਾਂਗੇ ਤੁਸੀਂ ਆਪਣਾ ਦੱਸ ਦਿਓ ਪਹਿਲਾਂ ਜਾਣੀ ਤੁਸੀਂ ਇਹ ਕਹਿ ਦੇ ਪਾਇਆ ਤੇ ਵਿਦਵਾਨ ਝੂਠ ਬੋਲਦੇ ਆ ਹਾਂ ਜਿਹੜੇ ਉਹ ਅਰਥ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੇ ਸਾਨੂੰ ਇਹ ਲੱਗਦਾ ਵੀ ਜਿੱਦਾਂ ਮੱਝ ਦੇ ਥਣਾਂ ਨੂੰ ਚਿੱਚੜ ਲੱਗੇ ਹੁੰਦੇ ਆ ਨਾ ਸਾਡੇ ਕਥਾਕਾਰ ਰਾਗੀ ਬਹੁ ਗਿਣਤੀ ਜਿਹੜੀ ਆ ਉਹ ਖੂਨ ਚੂਸਣ ਲਈ ਚਿੱਚੜ ਲੱਗੇ ਹੋਏ ਆ ਚੱਲ ਕੇ ਮੱਝਣ ਜੇ ਗੱਤ ਹੋਵੇ ਨਿਤ ਨਿਤ ਮੇਂਢਕ ਨਾਵੇ ਜੈਸੇ ਮੇਂਢਕ ਤੈਸੇ ਓਏ ਨਰ ਫਿਰ ਫਿਰ ਜੋਨੀ ਆਵੇ ਕਮਾਲ ਦੀ ਗੱਲ ਨੀ ਏਦਾਂ ਦੀਆਂ ਐਗਜੈਂਪਲਾਂ ਗੁਰੂ ਸਾਹਿਬ ਦਿੰਦੇ ਆ ਕੀ ਜਵਾਬ ਹੈ ਇਹਨਾਂ ਦਲੀਲਾਂ ਦਾ ਕਹਿੰਦੇ ਜੇ ਨਹਾਉਣ ਨਾਲ ਗਤੀ ਹੁੰਦੀ ਹੋਵੇ ਗਤੀ ਦਾ ਅਰਥ ਸਮਝਦੇ ਸਪੀਡ ਜੇ ਨਹਾਉਣ ਨਾਲ ਦਿਮਾਗ ਤੇਜ਼ ਚੱਲਦਾ ਹੋਵੇ ਕਹਿੰਦੇ ਡੱਡੂ ਤੇ ਰਹਿੰਦੇ ਹੀ ਪਾਣੀ ਚ ਕੀ ਜਵਾਬ ਦੇਵੇ ਕੋਈ ਬੰਦਾ ਉਹ ਤੇ ਬੜਾ ਤੇਜ਼ ਹੋ ਜਾਣਾ ਸੀ ਹੁਣ ਸਾਇੰਟਿਸਟ ਬਣੇ ਹੁੰਦੇ ਡੱਡੂ ਗੱਲ ਇੱਥੇ ਮੈਂ ਕਲੀਅਰ ਕਰ ਦੇਵਾਂ ਕਿ ਬਾਬਰ ਨੇ ਜੋ ਕੁਝ ਕੀਤਾ ਉਹ ਤਾਂ ਕੀਤਾ ਤੇ ਇਸ ਭਾਈ ਨੇ ਆਪੀ ਅੱਗੋਂ ਕਹਿ ਦਿੱਤਾ ਜਾ ਕੇ ਕਿ ਫੇਰ ਵੀ ਉੱਠ ਸੀ ਹੋਰ ਵੀ ਉੱਠ ਸੀ ਮਰਦ ਕਾ ਚੇਲਾ ਕਹਿੰਦੇ ਸ਼ੇਰ ਸ਼ਾਹ ਸੂਰੀ ਫਿਰ ਉੱਠਿਆ ਮਰਦ ਕਾ ਚੇਲਾ ਤੇ ਉਹਨੇ ਇੱਥੇ ਹਮਾਇਉਂ ਨੂੰ ਭਜਾ ਦਿੱਤਾ ਭਲਿਆ ਲੋਕਾਂ ਤੁਹਾਨੂੰ ਸ਼ਾਇਦ ਪਤਾ ਨਹੀਂ ਹੈ ਪਹਿਲੀ ਗੱਲ ਤਾਂ ਜੈਸੀ ਮੈਂ ਆਵੈ ਖਸਮ ਕੀ ਬਾਣੀ ਇਹਦਾ ਧਿਆਨ ਰਵੇ ਕਿ ਖਸਮ ਮੈਨੇ ਹੁੰਦਾ ਬਲਾਤਕਾਰੀ ਖਸਮ ਮੈਨੇ ਹੁੰਦਾ ਬਲਾਤਕਾਰੀ ਖਸਮ ਮੈਨੇ ਹੁੰਦਾ ਬਲਾਤਕਾਰੀ 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 ਜ਼ੋਰ ਜ਼ਬਰ ਕਰਨ ਵਾਲਾ ਕਤਲੋ ਗਾਰਤ ਕਰਨ ਵਾਲਾ ਧੱਕੇ ਸ਼ਾਹੀ ਕਰਨ ਵਾਲੇ ਨੂੰ ਅਰਬੀ ਦੇ ਵਿੱਚ ਬਲਾਤਕਾਰੀ ਕਹਿੰਦੇ ਨੇ ਇਹ ਅਕਾਲ ਪੁਰਖ ਨੂੰ ਨਹੀਂ ਇੱਥੇ ਆਖੇ ਗਿਆ ਗੁਰੂ ਨਾਨਕ